ਮੇਰੀ ਵੀਡੀਓ ਇਸ ਵੇਲੇ ਪਟੌਦੀ ਦੀ ਟੀਮ ਜਿਹੜੀ ਜਿੱਤ ਗਈ ਹੈ ਨੋਟ ਕਰ ਲੈ ਸਾਡੇ ਵੀਰ ਔਰ ਟਾਈਆਂ ਪਾ ਦੇਣ ਅਗਲੇ ਰਾਉਂਡ ਦੀ ਆ ਉਧਰ ਬਲਜਿੰਦਰ ਸਿੰਘ ਡਬਈ ਬਹਾਦਰ ਸਿੰਘ ਡਬਈ ਪਾਲਾ ਡਬਈ ਨਾਲ ਹੀ ਹੈਪੀ ਡਬਈ ਜਿਨ੍ਹਾਂ ਵੱਲੋਂ ਇਸ ਸਾਲ 51,000 ਦੇ ਸਹਿਯੋਗ ਨੇ ਅਗਲੇ ਸਾਲ ਦੇ ਵਾਅਦੇ ਹੋ ਗਏ ਹੈ ਕਿ ਦੂਜਾ ਇਨਾਮ ਜਿਨ੍ਹਾਂ ਵੱਲੋਂ ਸਪਾਂਸਰ ਕੀਤਾ ਜਾਣਾ ਹੈ ਭਾਵੇਂ 75,000 ਦਾ ਹੋਵੇ ਭਾਵੇਂ ਲੱਖ ਦਾ ਇਹਨਾਂ ਦਾ ਵੀ ਧੰਨਵਾਦ ਹੈ ਹਾਂਜੀ ਹੈਲੋ ਹਾਂਜੀ ਇੱਕ ਮਿੰਟ ਹਾਂਜੀ ਅਸੀਂ ਕਬੱਡੀ ਇੱਕ ਮਿੰਟ ਕਲੱਬ ਜਿੰਨੀਆਂ ਵੀ ਟੀਮਾਂ ਐਂਟਰ ਹੋਈਆਂ ਨੇ ਸਾਰੀਆਂ ਟੀਮਾਂ ਦਾ ਸਾਡੇ ਕੋਲ ਇੱਕ ਇੱਕ ਖਿਡਾਰੀ ਆ ਜਾਵੇ ਅਸੀਂ ਟਾਈਆਂ ਪਾਉਣ ਲੱਗੇ ਹਾਂ ਕਬੱਡੀ ਇੱਕ ਮਿੰਟ ਕਲੱਬ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਸੇਮੀ ਦੇ ਫੈਨ ਟਾਈਆਂ ਪਾ ਦਿਓ ਔਰ ਮੇਰੀ ਬੇਨਤੀ ਸਾਡਾ ਜ਼ਿੰਦਗੀ ਦਾ ਬਹੁਤ ਪਿਆਰਾ ਵੀਰ ਬੱਬੂ ਖੰਨੇ ਵਾਲਾ ਬੱਬੂ ਖੰਨਾ ਜੀ ਬਹੁਤ ਮਸ਼ਹੂਰ ਬੁਲਾਰੇ ਹੈ ਮੋਟਰਸਾਈਕਲਾਂ ਦੀ ਗੱਲ ਮੁੰਦੀਆਂ ਦੀ ਗੱਲ ਚੈਨੀਆਂ ਦੀ ਗੱਲ ਵੱਡਾ ਮਾਣ ਹੈ ਬੱਬੂ ਖੰਨੇ ਵਾਲਾ ਮਸ਼ਹੂਰ ਬੁਲਾਰਾ ਖੇਡ ਕਬੱਡੀ ਦਾ ਸਾਂਝ ਪਾਵੇਗਾ ਕਟਿਆਲਾ ਸਾਹਿਬ ਤੁਸੀਂ ਇੱਧਰ ਆਇਓ ਇੱਕ ਮਿੰਟ ਮੰਚ ਦੇ ਉੱਤੇ ਬਹੁਤ ਹੀ ਵਧੀਆ ਤੁਹਾਡੇ ਮਿਸ਼ਰੀ ਵਰਗੇ ਬੋਲ ਸਵੇਰ ਤੋਂ ਅਸੀਂ ਇਹਨਾਂ ਗਰਾਊਂਡਾਂ ਵਿੱਚ ਸੁਣ ਰਹੇ ਹਾਂ ਸੋ ਹੁਣ ਮੇਰੇ ਵੀਰੋ ਅਗਲੀ ਸਾਂਝ ਪਾਉਣਗੇ ਬੱਬੂ ਬਾਜੀ ਸਾਡੇ ਖੰਨੇ ਤੋਂ ਹਾਂਜੀ ਦੁਨੀਆ ਦਾ ਪ੍ਰਸਿੱਧ ਬੁਲਾਰਾ ਮੇਰੇ ਵੀਰੋ ਜਿੱਥੇ ਹਰਜੋਤ ਸਿਓੜਾ ਜੀ ਪੁੱਜੇ ਨੇ ਬੱਬੂ ਖੰਨਾ ਜੀ ਪੁੱਜੇ ਨੇ ਓਮ ਕੜਿਆਣਾ ਜੀ ਸਾਰੇ ਵੀਰਾਂ ਦਾ ਪੂਰੇ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਵੀਰੇ ਕਬੱਡੀ 70 ਕਿਲੋ ਪਹਿਲਾ ਸੈਮੀ ਫਾਈਨਲ ਬੁਲਾਲਾ ਵਰਸਸ ਨੱਤ ਬੁਰਜ ਦੋਏ ਟੀਮਾਂ ਗਰਾਊਂਡ 'ਚ ਪਹੁੰਚੋ ਬੁਲਾਲਾ ਅਤੇ ਨੱਤ ਬੁਰਜ ਅਗਲਾ ਸੈਮੀ ਫਾਈਨਲ ਮੁੱਤਿਓ ਹੋਏ ਵਰਸਸ ਪੜੌਦੀ ਠੀਕ ਹੈ ਜੀ ਬੁਲਾਲਾ ਵਰਸਸ ਨੱਤ ਬੁਰਜ ਪਹਿਲਾ ਸੈਮੀ ਫਾਈਨਲ ਮੈਚ ਹੈ ਗਰਾਊਂਡ ਵਿੱਚ ਆ ਜਾਣ ਦੋਨੇ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਉਧਰ ਗੁਰਚਰਨ ਸਿੰਘ ਜੀ ਸਾਡੇ ਵੀਰ ਸ੍ਰੀ ਮਾਛਵਾੜਾ ਸਾਹਿਬ ਦੀ ਧਰਤੀ ਤੋਂ ਪੁੱਜੇ ਹੈ ਸਰਦਾਰ ਗੁਰਚਰਨ ਸਿੰਘ ਜੀ 13 ਅਪ੍ਰੈਲ ਤੇ 14 ਅਪ੍ਰੈਲ ਵਿਸਾਖੀ ਦੇ ਸ਼ੁਭ ਅਵਸਰ ਤੇ ਜਿੱਥੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੇ ਵਿੱਚ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੁੱਜਦੀ ਹੈ ਉੱਥੇ ਵਿਸਾਖੀ ਦੇ ਅਵਸਰ ਤੇ ਹਰ ਸਾਲ ਕਬੱਡੀ ਦੀ ਵੀ ਗੱਲ ਹੁੰਦੀ ਹੈ 14 ਅਪ੍ਰੈਲ ਸ੍ਰੀ ਮਾਛਵਾੜਾ ਸਾਹਿਬ ਦੀ ਧਰਤੀ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਲਾਗੇ 75 ਕਿਲੋ ਆਲ ਓਪਨ ਦੇ ਮੈਚ ਹੋਣਗੇ 15,000 ਤੇ 13,000 ਦੇ ਨਾਮ ਹੋਣਗੇ ਔਰ ਕਬੱਡੀ ਦੇ ਆਲ ਓਪਨ ਦੇ ਮੁਕਾਬਲੇ ਹੋਣਗੇ ਕਬੱਡੀ ਓਪਨ ਆਲ ਓਪਨ ਦੇ ਮੁਕਾਬਲੇ ਹੋਣਗੇ ਖੁੱਲੀਆਂ ਟੀਮਾਂ ਐਂਟਰ ਹੋਣਗੀਆਂ ਕਿਰਾਇਆ ਦਿੱਤਾ ਜਾਊਗਾ ਖੁੱਲਾ ਤੇ 1,00,000 ਤੇ 75,000 ਦੇ ਨਾਮ ਨੇ 14 ਅਪ੍ਰੈਲ ਜਿਹੜੀ ਵਿਸਾਖੀ ਦੇ ਮੇਰੇ ਸ਼ੁਭ ਅਵਸਰ ਤੇ ਸ੍ਰੀ ਮਾਛਵਾੜਾ ਸਾਹਿਬ ਦੀ ਪਾਵਨ ਧਰਤੀ ਹੈ ਇਹ ਵੀ ਆਪਾਂ ਨੋਟ ਕਰਨੀ ਹੈ ਗੁਰਚਰਨ ਸਿੰਘ ਜੀ ਸਾਡੇ ਵੀਰ ਕਲੱਬ ਦੇ ਵੀਰ ਪੁੱਜੇ ਹੋਏ ਹੈ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਛਵਾੜਾ ਸਾਹਿਬ ਤੋਂ ਹਾਂਜੀ ਹਾਂਜੀ ਵੀਰੇ ਕਬੱਡੀ ਇੱਕ ਪਿੰਡ ਓਪਨ ਕਲੱਬ ਸਾਰੀਆਂ ਟੀਮਾਂ ਦਾ ਇੱਕ ਇੱਕ ਖਿਡਾਰੀ ਸਾਡੇ ਕੋਲ ਪਹੁੰਚੇ ਅਸੀਂ ਟਾਈਆਂ ਪਾਉਣ ਲੱਗੇ ਹਾਂ ਕਬੱਡੀ ਇੱਕ ਪਿੰਡ ਓਪਨ ਤੇ ਬਲਾਲਾ ਵਰਸਸ ਨੱਤ ਬੁਰਜ ਕਬੱਡੀ 70 ਕਿਲੋ ਸੈਮੀ ਫਾਈਨਲ ਲਈ ਟੀਮਾਂ ਗਰਾਊਂਡ 'ਚ ਪਹੁੰਚਣ ਬਲਾਲਾ ਵਰਸਸ ਨੱਤ ਬੁਰਜ ਬਲਾਲਾ ਸੈਮੀ ਫਾਈਨਲ ਨੱਤ ਬੁਰਜ ਦੋਨੇ ਟੀਮਾਂ ਨੂੰ ਬੇਨਤੀ ਇੱਕ ਮਿੰਟ ਦਾ ਸਮਾਂ ਮੈਦਾਨ ਵਿੱਚ ਆ ਜਾਣ ਬਲਾਲਾ ਵਰਸਸ ਨੱਤ ਬੁਰਜ ਪਹਿਲਾ ਸੈਮੀ ਫਾਈਨਲ ਮੁਕਾਬਲਾ ਉਧਰ ਟਾਈਆਂ ਪਣ ਜਾ ਰਹੇ ਸਾਡੇ ਵੀਰ ਕਬੱਡੀ ਓਪਨ ਦੀਆਂ ਸਾਰੀਆਂ ਟੀਮਾਂ ਦਾ ਇੱਕ ਇੱਕ ਖਿਡਾਰੀ ਆ ਦੇਵੇ ਬਾਅਦ ਵਿੱਚ ਕੋਈ ਇਤਰਾਜ਼ ਨਹੀਂ ਸੁਣਿਆ ਜਾਣਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਉਧਰ ਪ੍ਰਧਾਨ ਬਿੰਦਾ ਸਾਡਾ ਵੀਰ ਲਖਨਪੁਰ ਵਾਲਾ ਲਖਨਪੁਰ ਪਿੰਡ ਕਹਿੰਦੇ ਵੀ ਖਮਾਣੋ ਲਾਗੇ ਮਸ਼ਹੂਰ ਪਿੰਡ ਹੈ 20 ਅਤੇ 21 ਅਪ੍ਰੈਲ ਲਖਨਪੁਰ ਦੇ ਕਬੱਡੀ ਕੱਪ ਦੀਆਂ ਤਰੀਕਾਂ ਨੇ ਜਿੱਥੇ ਕਹਿੰਦੇ ਮੋਟਰਸਾਈਕਲ ਦਿੱਤੇ ਜਾਣਗੇ ਔਰ ਕਹਿੰਦੇ ਵੀ 1,00,000 ਤੇ 75,000 ਦੇ ਨਾਮ ਹੋਣਗੇ ਕਬੱਡੀ ਓਪਨ ਦੇ ਵਿੱਚ ਤਿੰਨ ਖਿਡਾਰੀ ਬਾਹਰਲੇ ਹੋਣਗੇ ਬਿੰਦਾ ਲਖਨਪੁਰੀਆ ਪ੍ਰਧਾਨ ਸਾਡਾ ਵੀਰ ਲਖਨਪੁਰ ਪਿੰਡ ਕਹਿੰਦੇ ਵੀ ਬਿਲਕੁਲ ਖਮਾਣੋ ਲਾਗੇ ਮਸ਼ਹੂਰ ਪਿੰਡ ਹੈ 21 ਅਪ੍ਰੈਲ ਆ ਵੀ ਖੰਨੇ ਵਾਲੇ ਆ ਹਾਂਜੀ ਕਬੱਡੀ ਇੱਕ ਪਿੰਡ ਓਪਨ ਵੀਰੇ ਇੱਕ ਇੱਕ ਖਿਡਾਰੀ ਪਹੁੰਚੋ ਸਾਡੇ ਕੋਲ ਫਿਰ ਇਤਰਾਜ਼ ਨਾ ਕਰਿਓ ਵੀ ਸਾਨੂੰ ਪੁੱਛ ਕੇ ਨਹੀਂ ਟਾਈਆਂ ਪਾਈਆਂ ਕਬੱਡੀ ਇੱਕ ਪਿੰਡ ਓਪਨ 1 ਮਿੰਟ ਦਾ ਆਖਰੀ ਸਮਾਂ ਜੇ ਖਿਡਾਰੀ ਆ ਗਏ ਠੀਕ ਆ ਨਹੀਂ ਅਸੀਂ ਟਾਈਆਂ ਪਾ ਦੇਣੀਆਂ ਨੇ ਫਿਰ ਇਤਰਾਜ਼ ਨਾ ਕਰਿਓ ਬਾਅਦ ਵਿੱਚ ਵੀ ਸਾਨੂੰ ਪੁੱਛ ਕੇ ਟਾਈਆਂ ਨਹੀਂ ਪਾਈਆਂ ਬਈ ਜਿਸ ਮੇਰੇ ਵੀਰ ਦੀ ਡਿਊਟੀ ਬੈਰੀਗੇਟ ਤੇ ਕਿਰਪਾ ਕਰਕੇ ਬੈਰੀਗੇਟ ਪੂਰੇ ਲਾ ਦਿਓ ਜੀ
ਜਿਸ ਮੇਰੇ ਵੀਰਾਂ ਦੀ ਡਿਊਟੀ ਬੈਰੀਗੇਟ ਤੇ ਕਿਰਪਾ ਕਰਕੇ ਬੈਰੀਗੇਟ ਪੂਰੇ ਕਰਿਓ। ਗੁਰੂ ਕਾ ਲੰਗਰ ਅਟੁੱਟ ਚੱਲ ਰਿਹਾ ਹੈ, ਮੇਰੀ ਫਿਰ ਤੋਂ ਬੇਨਤੀ ਹੈ ਇਛੁਕ ਸੰਗਤ ਔਰ ਖਿਡਾਰੀ ਲੰਗਰ ਸਾਹਮਣੇ ਛੋਟੇ ਹਾਥੀ ਵਿੱਚ ਚੱਲ ਰਿਹਾ ਹੈ। ਉਧਰ ਡਾਕਟਰ ਅਮਰੀਕ ਸਿੰਘ ਜੀ ਚੱਕਸਰਾਂ ਤੋਂ ਬਸ਼ੇਰ ਤੋਂ ਤੇ ਮੰਚ ਤੇ ਵਿਰਾਜਮਾਨ ਨੇ, ਡਾਕਟਰ ਅਮਰੀਕ ਸਿੰਘ ਜੀ ਚੱਕਸਰਾਂ ਸਾਹਿਬ ਤੁਹਾਡਾ ਵੀ ਕੋਟਨਕੋਟ ਧੰਨਵਾਦ ਜੀ ਆਇਆਂ ਨੂੰ। ਲਾਈਟਾਂ ਵਾਲੇ ਭਾਜੀ ਪਲੀਜ਼ ਸਾਡੇ ਨਾਲ ਸੰਪਰਕ ਬਣਾਓ ਕਿਉਂਕਿ ਸ਼ਾਮ ਨੂੰ ਹਨੇਰਾ ਹੋ ਜਾਣਾ। ਪੂਰੇ ਵਧੀਆ ਮੈਚ ਹੋਣੇ ਨੇ, ਪੰਜਾਬ ਦੀਆਂ ਉੱਚ ਕੋਟਿਆਂ ਦੇ ਟੀਮਾਂ ਜਿਹੜੀਆਂ ਪੁੱਜੀਆਂ ਨੇ, ਸਟਾਰ ਖਿਡਾਰੀ ਪੁੱਜੇ ਨੇ। 1,44,000 ਰੁਪਏ ਦੀ ਗੱਲ ਕਰਾਂਗੇ ਗਰਾਊਂਡ ਦੇ ਵਿੱਚ। ਸੋ ਬੇਨਤੀ ਹੈ ਲਾਈਟਾਂ ਵਾਲੇ ਵੀਰ ਸਾਡੇ ਨਾਲ ਸੰਪਰਕ ਬਣਾਓ ਜਾਂ ਫਿਰ ਲਾਈਟਾਂ ਜ਼ਰੂਰ ਲਾ ਦਿਓ ਕਿਉਂਕਿ ਸ਼ਾਮ ਨੂੰ ਰੰਗਾਰੰਗ ਪ੍ਰੋਗਰਾਮ, ਉਹਦਾ ਵੀ ਆਪਾਂ ਪੂਰਾ ਪੂਰਾ ਆਨੰਦ ਮਾਣਨਾ ਹੈ। ਲਾਈਟਾਂ ਵਾਲੇ ਮੇਰੇ ਵੀਰ ਇਲੈਕਟ੍ਰੀਸ਼ਨ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਬਣਾਓ, ਜਲਦੀ ਤੋਂ ਜਲਦੀ ਜਿਹੜੀਆਂ ਲਾਈਟਾਂ ਲਾ ਦਿਓ ਅਤੇ ਲਾਈਟਾਂ ਨੂੰ ਚੈੱਕ ਕਰ ਲਿਓ। ਉੱਧਰ ਵੈਰੀਗੇਟ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਮਿੱਤਰੋ ਵੈਰੀਗੇਟ ਪੂਰੇ ਲਾ ਦਿਓ ਤਾਂ ਜੋ ਆਪਾਂ ਗਰਾਊਂਡ ਦੇ ਵਿੱਚ ਚੱਲ ਰਹੇ ਮੈਚਾਂ ਦਾ ਪੂਰਾ ਪੂਰਾ ਜਿਹੜਾ ਆਨੰਦ ਮਾਣ ਸਕੀਏ। ਅੱਜ ਵਧਾਈ ਦੇ ਪਾਤਰ ਨੇ ਸਰਦਾਰ ਜਤਿੰਦਰ ਸਿੰਘ ਜੀ, ਜੋਗਾ ਸਰਪੰਚ ਸਾਹਿਬ, ਪੂਰੇ ਇਲਾਕੇ ਨੂੰ ਮਾਣ ਇਹਨਾਂ ਦੇ ਉੱਤੇ। ਸੋ ਵੱਡਾ ਖੇਡ ਮੇਲਾ ਕਰਵਾਇਆ ਨਗਰ ਦੇ ਵਿੱਚ, ਹਰਜੰਟ ਸਿੰਘ ਜੀ ਸੋਹੀ ਸਾਹਿਬ ਮਾਣਮਤੀ ਸ਼ਖਸੀਅਤ ਇਸ ਇਲਾਕੇ ਦੀ, ਉਹ ਵੀ ਮੰਚ ਦੇ ਵਿਰਾਜਮਾਨ ਨੇ। ਕਮਲਜੀਤ ਸਿੰਘ ਜੀ ਮਾਧਪੁਰ ਸਾਹਿਬ ਦਾ ਧੰਨਵਾਦ। ਭੋਲੂ ਸਮਰਾਲਾ ਜੀ ਵਿਸ਼ੇਸ਼ ਤੌਰ 'ਤੇ ਪੁੱਜੇ ਨੇ। ਬਲਵੀਰ ਸਿੰਘ ਜੀ ਬਰਵਾਲਾ ਸਾਹਿਬ 21,000 ਭੇਜਦੇ ਨੇ। ਸੁਖਵੀਰ ਸਿੰਘ ਜੀ ਪੱਪੀ ਸਾਹਿਬ ਪੀਏ ਨੇ, MLA ਅਮਰੀਤ ਸਿੰਘ ਸਾਹਿਬਰਾਂ ਦੇ, ਹਰਚੰਦ ਸਿੰਘ ਜੀ ਲੁੱਪੋਂ, ਸਾਡੇ ਲੱਕੀ ਪਾਲੀ ਵਾਡੀ ਜੀ, ਸੋਨੂੰ ਦੋਰਾਹਾ ਜੀ, ਕਰਮਜੀਤ ਸਿੰਘ ਜੀ ਮਾਜਰੀ ਸਾਹਿਬ 2100 ਰੁਪਏ ਦੇ ਮਾਣ ਭੇਜਦੇ ਨੇ। ਹਰਜੀਤ ਸਿੰਘ ਜੀ ਨੰਬਰਦਾਰ ਸਾਹਿਬ ਕੋਟ ਗੰਗੂਰਿਆਂ ਦੀ ਧਰਤੀ, ਸਾਰੀਆਂ ਸਤਿਕਾਰਯੋਗ ਰੱਬ ਰੂਪੀ ਰੰਗ ਸੰਗਤਾਂ ਦਾ ਫਿਰ ਇੱਕ ਵਾਰ ਬਹੁਤ ਬਹੁਤ ਰਿਣੀ ਹੈ। ਇਲੈਕਟ੍ਰੀਸ਼ਨ ਵੀਰ ਧਿਆਨ ਦਿਓ, ਲਗਭਗ ਗਰਾਊਂਡ ਦੇ ਵਿੱਚ 5-6 ਲਾਈਟਾਂ ਜ਼ਰੂਰ ਲਾ ਦਿਓ ਜੀ ਕਿਉਂਕਿ ਸ਼ਾਮ ਨੂੰ ਹਨੇਰਾ ਹੋ ਜਾਣਾ, ਕਿਉਂਕਿ ਇਨਾਮ ਬੜੇ ਵਧੀਆ ਨੇ। ਜਿੱਤ ਕੇ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 71,000 ਰੁਪਇਆ, ਸਗੜ ਇਨਾਮ ਮੇਰੇ ਵੀਰੋ 51,000 ਰੁਪਏ ਦੀ ਗੱਲ ਕਰਾਂਗੇ, ਲਗਭਗ 22,000 ਰੁਪਇਆ, 1,22,000 ਅਤੇ 11,000 ਰੁਪਏ ਦੇ ਮਾਨ ਸਨਮਾਨ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਦਿੱਤੇ ਨੇ। 1,44,000 ਰੁਪਏ ਦੇ ਮੈਚ ਹੋਣਗੇ। ਸੋ 50,000 ਰੁਪਇਆ ਜਿਹੜਾ ਅਸੀਂ ਲਾ ਦੇਣਾ, 1,94,000 ਰੁਪਏ ਦੀ ਕਰਾਂਗੇ ਗਰਾਊਂਡ ਦੇ ਵਿੱਚ, ਲਾਈਟਾਂ ਲਾ ਦਿਓ ਜੀ। ਹੈਲੋ ਹੈਲੋ, ਹਾਂਜੀ ਕਬੱਡੀ 1 ਪਿੰਡ ਓਪਨ ਵੀਰੇ, ਸਾਰੀਆਂ ਟੀਮਾਂ ਆਪਣੇ ਮੈਚ ਸੁਣੋ। ਪਹਿਲਾ ਮੈਚ ਘਰਖਣਾ ਵਰਸਿਸ ਜੋਧਾ, ਦੂਜਾ ਘਲੋਟੀ ਪਿੰਡ ਵਰਸਿਸ ਮਾਨਕੀ, ਕਕਰਾਲਾ ਵਰਸਿਸ ਬਲਾਲਾ ਏ, ਰੌਣੀ ਵਰਸਿਸ ਜੋਗੀ ਪੀਰ ਕਟਾਣੀ ਖੁਰਦ, ਹੈਲੋ ਹੈਲੋ, ਕਿ ਹੱਥ ਜੋੜ ਕੇ ਕਰਾਂ ਅਰਦਾਸ ਦਾਤਾ, ਆਪਣੇ ਸੇਵਕਾਂ ਦੀ ਸਦਾ ਹੀ ਲਾਜ ਰੱਖੀ, ਕਿ ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੁਲਵਾਈ ਮੇਰੇ ਤੋਂ, ਆਪਣੇ ਚਰਨਾਂ ਦੀ ਧੂੜ ਦਾ ਮੇਰੇ ਸਿਰ 'ਤੇ ਤਾਜ ਰੱਖੀ, ਕਿ ਮੈਂ ਹਾਂ ਭੋਲਣ ਹਾਰਾ ਅਤੇ ਤੂੰ ਹੈ ਬਖਸ਼ਣ ਹਾਰਾ, ਦਿਲੋਂ ਵਿਸਾਰੀ ਦਾ ਮੈਨੂੰ ਸਦਾ ਹੀ ਯਾਦ ਰੱਖੀ, ਕਿ ਸੋਝੀ ਲਿਖਣ ਦੀ ਬਖਸ਼ੀ ਭਦੌੜ ਵਾਲੇ ਨੂੰ ਅਤੇ ਖੰਨੇ ਵਾਲੇ ਦੀ ਬੁਲੰਦ ਆਵਾਜ਼ ਰੱਖੀ। ਬੜਾ ਮਸ਼ਹੂਰ ਪਿੰਡ ਹੈ ਕਹਿੰਦੇ ਬਲਾਲਾ ਪਿੰਡ, ਪਤਾ ਨਹੀਂ ਕਿੰਨੀ ਕੁ ਵਾਰੀ ਇਸੇ ਜਵਾਨ ਦੇ ਵਿੱਚੋਂ ਇਸੇ ਪਿੰਡ ਦਾ ਜਿਹੜਾ ਨਾਂ ਲਿਆ ਗਿਆ ਹੋਵੇ। ਧੰਨ ਧੰਨ ਬਾਬਾ ਹਸਤਲਾਲ ਦੀਆਂ ਦੀ ਯਾਦ ਨੂੰ ਸਮਰਪਿਤ ਇਹ ਖੇਡ ਕਬੱਡੀ ਦੀਆਂ ਲੱਗੀਆਂ ਹੋਈਆਂ ਵੱਡੀਆਂ ਰੌਣਕਾਂ ਆਪਾਂ ਵੇਖਦੇ ਹਾਂ। ਵੱਡਾ ਧੰਨਵਾਦ ਸਮੁੱਚੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਸਮੁੱਚੀ ਗ੍ਰਾਮ ਪੰਚਾਇਤ ਅਤੇ NRI ਵੀਰ ਜਿਨ੍ਹਾਂ ਨੇ ਰਲ ਮਿਲ ਕੇ ਕਹਿੰਦੇ ਵੱਡਾ ਉੱਦਮ ਕੀਤਾ, ਵੱਡਾ ਉਪਰਾਲਾ ਕੀਤਾ ਮੇਰੇ ਵੀਰੋ। ਖੇਡ ਕਬੱਡੀ ਦੀਆਂ ਕਹਿੰਦੇ ਵੱਡੀਆਂ ਰੌਣਕਾਂ ਲੱਗੀਆਂ ਨੇ। ਇਕੱਲੇ ਇਕੱਲੇ ਵੀਰ ਦੀ ਆਪਾਂ ਗੱਲ ਕਰਾਂਗੇ, ਪਰ ਪਹਿਲਾਂ ਗਰਾਊਂਡ ਜਿਹੜਾ ਖਾਲੀ ਆ ਚੰਗਾ ਨਹੀਂ ਲੱਗਦਾ। ਪਹਿਲਾਂ ਸੈਮੀਫਾਈਨਲ ਮੈਚ ਬਲਾਲਾ ਵਰਸ ਜੇ ਨੱਤ ਬੁਰਜ, ਲੈ ਵੀ ਪੰਮਿਆਂ ਬਿਸਲ ਮਾਰ ਕੇ 2 ਮਿੰਟ ਦੇ ਦੇ ਦੋਨੋਂ ਟੀਮਾਂ ਨੂੰ, ਕਿਉਂਕਿ ਬਲਾਲੇ ਵਾਲਾਂ ਦਾ ਤਾਂ ਆਪਣਾ ਇਹ ਖੇਡ ਮੇਲਾ ਜੇ ਕਰੂਗੀ ਹੋਈ ਤਾਂ ਕਰਨ ਲੱਗ ਗਈ, ਤਾਂ ਬਾਕੀ ਟੀਮਾਂ ਤਾਂ ਲੇਟ ਹੋਣਗੀਆਂ ਹੀ। ਬਲਾਲਾ ਵਰਸ ਜੇ ਨੱਤ ਬੁਰਜ, ਮੇਰੀ ਬੇਨਤੀ ਕਬੱਡੀ 70 ਕਿਲੋ ਦੇ ਪਹਿਲੇ ਸੈਮੀਫਾਈਨਲ ਦੀਆਂ ਦੋਨੋਂ ਟੀਮਾਂ ਗਰਾਊਂਡ ਵਿੱਚ ਆ ਜਾਣ। ਬਲਾਲਾ ਵਰਸ ਜੇ ਨੱਤਾਂ ਦਾ ਪਹਿਲਾ ਜਿਹੜਾ ਸੈਮੀ ਮੈਚ ਖੇਡਿਆ ਜਾਓ।
ਮੇਰੀ ਫਿਰ ਬੇਨਤੀ ਹੈ ਬਲਾਲਾ ਵਰਸ ਜੀ ਨੱਤ ਬੁਰਜ, ਬਲਾਲਾ ਵਰਸ ਜੀ ਨੱਤ ਬੁਰਜ ਪਹਿਲਾ ਸੈਮੀ ਫਾਈਨਲ ਮੈਚ ਖੇਡਿਆ ਜਾਊ ਦੋਨੋਂ ਟੀਮਾਂ ਦਾ। ਦੋਨਾਂ ਵਿੱਚੋਂ ਕੋਈ ਵੀ ਟੀਮ ਹੈ ਤਾਂ ਕਿਹੜੀ ਗਰਾਊਂਡ ਵਿੱਚ ਨਹੀਂ ਪੁੱਜੀ। ਬਲਾਲਾ ਵਰਸ ਜੀ ਨੱਤ ਬੁਰਜ, ਇਹ ਦੋਨੋਂ ਟੀਮਾਂ ਦੇ ਪਲੇਅਰ ਜਿਹੜੇ ਨੋਟ ਕਰ ਦੇਣ ਵੀ ਲਾਸਟ ਇੱਕ ਮਿੰਟ ਦਾ ਸਮਾਂ ਬਾਕੀ ਇਹਨਾਂ ਦੋਨੋਂ ਟੀਮਾਂ ਲਈ। ਬਲਾਲਾ ਵਰਸ ਜੀ ਨੱਤ ਬੁਰਜ ਦੇ ਦਰਮਿਆਨ ਪਹਿਲਾ ਜਿਹੜਾ ਸੈਮੀ ਫਾਈਨਲ ਮੈਚ ਖੇਡਿਆ ਜਾਊ। ਇੱਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਇਸੇ ਪਿੰਡ ਦੀ ਜਤਿੰਦਰ ਸਿੰਘ ਜੋ ਕਿ ਸਰਪੰਚ ਦਾ ਕਹਿੰਦੇ ਬਹੁਤ ਬੜਾ ਨਾਮ ਹੈ, ਆਲੇ ਦੁਆਲੇ ਦੇ ਪਿੰਡਾਂ ਦੀ ਮੈਂ ਗੱਲ ਕਰਾਂ ਹਰ ਇੱਕ ਕਬੱਡੀ ਕੱਪ ਦੇ ਉੱਤੇ ਕਹਿੰਦੇ ਬੜੇ ਵੱਡੇ ਯੋਗਦਾਨ ਹੁੰਦੇ ਆ ਜੋਗਾ ਸਰਪੰਚ ਜੀਆਂ ਦੇ ਕਿ ਮਾਲਕ ਜ਼ਮੀਨਾਂ ਦੇ ਅਤੇ ਪੁੱਤ ਸਰਦਾਰਾਂ ਦੇ ਸਾਡੇ ਸਿਰੋਂ ਚੱਲਦੇ ਨੇ ਘਰ ਸ਼ਾਹੂਕਾਰਾਂ ਦੇ, ਖੁੱਲ੍ਹੇ ਰੱਖੀਏ ਦਿਲਾਂ ਦੇ ਦਰਵਾਜ਼ੇ ਕਿ ਸਾਡੀ ਰੀਸ ਕੌਣ ਕਰਨ ਨੂੰ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ। ਗੱਲ ਭਾਵੇਂ ਕਹਿੰਦੇ ਮੈਂ ਜੋਗਾ ਸਿੰਘ ਦੀ ਕੀਤੀ ਹੈ ਔਰ ਜੋਗੇ ਵੀਰ ਉਹਨਾਂ ਦਾ ਇੱਕ ਵੀਰ ਹੈ ਸੁਖਵਿੰਦਰ ਸਿੰਘ ਮਿੱਠੂ, ਕਨੇਡਾ ਦੇ ਵਿੱਚ ਜਾ ਵਸਿਆ ਕਹਿੰਦੇ ਪੱਕੇ ਤੌਰ 'ਤੇ। ਮਿੱਠੂ ਕਨੇਡਾ ਵਾਲੇ ਦੇ ਕਹਿੰਦੇ ਬਹੁਤ ਬੜੇ ਯੋਗਦਾਨ ਨੇ ਅੱਜ ਦੇ ਇਸੇ ਕਬੱਡੀ ਕੱਪ ਦੇ ਲਈ। ਉਹਨਾਂ ਦੇ ਨਾਲ ਹੀ ਗੁਰੀ ਕਨੇਡਾ, ਜੱਗੀ ਕਨੇਡਾ ਜਾਂ ਵਿਸ਼ੇਸ਼ ਤੌਰ 'ਤੇ ਬਹੁਤ ਬਹੁਤ ਧੰਨਵਾਦ ਹੈ। ਇੱਕ ਇਸੇ ਨਗਰ ਦਾ ਸਾਡੀ ਜ਼ਿੰਦਗੀ ਦਾ ਮਾਣ ਹੈ ਕਹਿੰਦੇ ਪ੍ਰਗਟ ਸਿੰਘ, ਜਿਸ ਵੀਰ ਨੇ ਕਹਿੰਦੇ ਨੈਸ਼ਨਲ ਸਟਾਈਲ ਕਬੱਡੀ ਬਹੁਤ ਤਕੜੀ ਖੇਡੀ। ਗਵਾਂਢੀ ਪਿੰਡ ਹੈ ਕਹਿੰਦੇ ਮਾਧਪੁਰ, ਮਾਧਪੁਰ ਸਕੂਲ ਦੇ ਲਈ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਰਿਹਾ ਕਹਿੰਦੇ ਪ੍ਰਗਟ ਮੇਰੇ ਵੀਰੋ। ਫਿਰ ਕਹਿੰਦੇ ਦਰਾਹੇ ਦੇ ਨੈਸ਼ਨਲ ਕਾਲਜ ਦੇ ਵਿੱਚ ਕਦੋਂ ਵਾਲੇ ਲੱਕੀ ਨਾਲ ਕਹਿੰਦੇ ਸਟੱਡੀ ਕੀਤੀ ਹੈ ਸਾਡੇ ਯਾਰ ਨੇ ਪ੍ਰਗਟ ਸਿੰਘ ਕਹਿੰਦੇ ਐਡਮਿੰਟਨ ਦੇ ਵਿੱਚ ਜਾ ਵਸਿਆ, ਵੀਰ ਦਾ ਵੱਡਾ ਯੋਗਦਾਨ ਹੈ। ਲਓ ਸੈਮੀ ਦੀਆਂ ਦੋਨੋਂ ਟੀਮਾਂ ਪੁੱਜ ਚੁੱਕੀਆਂ ਨੇ। ਮਾਈਕ ਦੇ ਹਰਦੀਪ ਸਿੰਘ ਜੀ ਲਾਲਕ ਲਾਗਲੀ ਗੱਲ ਕਰਨਗੇ ਸਟੇਜ ਤੋਂ। ਬਹੁਤ ਧੰਨਵਾਦ ਜ਼ਿੰਦਗੀ ਦਾ ਪਿਆਰਾ ਵੀਰ ਬੱਬੂ ਖੰਨਾ ਸਾਹਿਬ, ਤੁਹਾਡੇ ਮਿਸ਼ਰੀ ਵਰਗੇ ਬੋਲ ਰੋਜ਼ ਆਪਾਂ ਕਬੱਡੀ ਕੱਪਾਂ 'ਤੇ ਤੱਕਦੇ ਹਾਂ, ਤੁਹਾਡਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ। ਮੈਂ ਦਿਲਾਂ ਦੀਆਂ ਡੂੰਘੀਆਂ ਗਹਿਰਾਈਆਂ ਦੇ ਵਿੱਚੋਂ ਜੀ ਆਖਿਆ ਦਵਿੰਦਰ ਸਿੰਘ ਜੀ ਗੱਡੀ USA ਵਾਲਿਆਂ ਨੂੰ, ਉਹਨਾਂ ਦੇ ਨਾਲ ਜਿੰਨੇ ਵੀ ਪਰਮ ਪਿਆਰੇ ਵੀਰ ਪੁੱਜੇ ਨੇ, ਰਣਧੀਰ ਸਿੰਘ ਜੀ, ਲੱਕੀ ਸਾਹਿਬ ਸਾਡੀ ਬਹੁਤ ਹੀ ਵੱਡੀ ਜਿਹੜੀ ਮਾਲੀ ਮਦਦ ਕਰਕੇ ਗਏ ਨੇ, ਰਾਜਵੀਰ ਸਿੰਘ ਜੀ, ਲੱਕੀ ਸਾਹਿਬ, ਪਰਮਜੀਤ ਸਿੰਘ ਜੀ ਭੱਟੀ ਸਾਹਿਬ, ਸਾਡੇ ਸੁੱਖਾ ਭਾਜੀ ਢਿੱਲੋਂ ਸਾਹਿਬ ਸਮਰਾਲੇ ਤੋਂ, ਸੁਖਦੇਵ ਸਿੰਘ ਜੀ ਢਿੱਲੋਂ ਸਾਹਿਬ, ਅਮਨਦੀਪ ਮਾਨਕੀ ਜੀ, ਇਹਨਾਂ ਵੀਰਾਂ ਦਾ ਫਿਰ ਇੱਕ ਵਾਰ ਅਸੀਂ ਸਰਪੰਚ ਸਾਹਿਬ ਸਰਦਾਰ ਜਤਿੰਦਰ ਸਿੰਘ ਜੀ ਜੋਗਾ ਸਾਹਿਬ ਵੱਲੋਂ, ਉਹਨਾਂ ਦੇ ਨਾਲੇ ਹਰਜੰਟ ਸਿੰਘ ਜੀ ਸੋਹੀ ਸਾਹਿਬ ਵੱਲੋਂ ਔਰ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਪੂਰੀ ਪ੍ਰਬੰਧਕ ਕਮੇਟੀ ਵੱਲੋਂ ਮੇਰੇ ਵੀਰਾਂ ਦਾ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ। ਅਗਲੀ ਆਵਾਜ਼ ਬੱਬੂ ਖੰਨਾ ਸਾਹਿਬ। ਬਹੁਤ ਬਹੁਤ ਧੰਨਵਾਦ। ਉਧਰ ਹਰਜੀਤ ਸਿੰਘ ਜੀ ਲਾਲ ਕਲਾਂ ਮੇਨ ਸਟੇਜ ਤੋਂ ਕਹਿੰਦੇ ਵੱਡੀ ਸੇਵਾ ਦੇ ਰਹੇ ਨੇ। ਸਾਡੇ ਤੋਂ ਪਹਿਲਾਂ ਬਹੁਤ ਹੀ ਪਿਆਰਾ ਵੀਰੇ ਓਮ ਕੜਿਆਣੇ ਵਾਲਾ, ਓਮ ਕੜਿਆਣੇ ਵਾਲੇ ਨੇ ਕਹਿੰਦੇ ਮਾਈਕ ਤੋਂ ਸੋਹਣੇ ਬੋਲ ਬੋਲੇ ਨੇ। ਉੱਥੇ ਕਬੱਡੀ ਦੇ ਸੀਨੀਅਰ ਬੁਲਾਰੇ ਨੇ ਹਰਜੋਤ ਸਿੰਘ ਜੀ ਸਿਓੜਾ, ਜਿੱਥੇ ਉੱਧਰ ਮੈਂ ਝਾਤ ਮਾਰਦਾ ਫਲੈਕਸ ਬੋਰਡ ਦੇ ਉੱਤੇ, ਕਹਿੰਦੇ ਬਾਈਂ ਗਰੁੱਪ ਸਿਓੜੇ ਵਾਲਿਆਂ ਦਾ ਕਹਿੰਦੇ ਵੱਡਾ ਯੋਗਦਾਨ ਹੈ ਇਹਨਾਂ ਦੇ ਪਿੰਡ ਦੇ ਮਾਣ। ਹਰਜੋਤ ਸਿਓੜਾ ਜੀ ਖੇਡ ਕਬੱਡੀ ਦੇ ਪ੍ਰਸਿੱਧ ਬੁਲਾਰੇ ਵੀ ਵਿਸ਼ੇਸ਼ ਤੌਰ 'ਤੇ ਪੁੱਜ ਚੁੱਕੇ ਨੇ। ਬਹੁਤ ਬਹੁਤ ਧੰਨਵਾਦ ਹੈ ਹਰਜੋਤ ਸਿਓੜਾ ਸਾਹਿਬ ਜੀ ਦਾ ਇੱਥੇ ਪੁੱਜਣ ਦੇ। ਪਹਿਲਾ ਸੈਮੀ ਫਾਈਨਲ ਮੈਚ ਜਿਹੜਾ ਇਸ ਵੇਲੇ ਸ਼ੁਰੂ ਹੋਣ ਲੱਗਾ। ਵੱਡਾ ਧੰਨਵਾਦ ਜਤਿੰਦਰ ਸਿੰਘ ਜੀ ਜੋਗਾ ਸਰਪੰਚ ਸਾਹਿਬ, ਜੋ ਕਿ ਚੇਅਰਮੈਨ ਨੇ ਭਗਤ ਧੰਨਾ ਜੱਟ ਇੰਟਰਨੈਸ਼ਨਲ ਪ੍ਰਚਾਰਕ ਕਮੇਟੀ ਦੇ, ਔਰ ਜਨਰਲ ਸਕੱਤਰ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ। ਬਹੁਤ ਵੱਡਾ ਮਾਣ ਹੈ ਕਹਿੰਦੇ ਇਸੇ ਪਿੰਡ ਦਾ, ਔਰ ਨਾਲ ਹੀ ਬਲਾਲੇ ਦੀ ਟੀਮ ਦੇ ਕਹਿੰਦੇ ਖਿਡਾਰੀ ਜਿੰਨੇ ਜਫੇ ਲਾਉਣਗੇ, ਸਰਦਾਰ ਰਣਧੀਰ ਸਿੰਘ ਜੀ ਨੰਬਰਦਾਰ, ਹਰਵਿੰਦਰ ਸਿੰਘ ਜੀ ਬਿੰਦਰੀ, ਇਹਨਾਂ ਵੱਲੋਂ ਕਹਿੰਦੇ ਇੱਕ ਇੱਕ 100 ਦੇ ਮਾਣ ਦਿੱਤੇ ਜਾਣਗੇ ਹਰ ਇੱਕ ਜਫੇ ਉੱਤੇ। ਪਹਿਲੀ ਕਬੱਡੀ ਪਾਉਣ ਲਈ ਆਪਾਂ ਵੇਖਦੇ ਵੀ ਬਲਾਲੇ ਪਿੰਡ ਦੀ ਟੀਮ ਦਾ ਨੌਜਵਾਨ, ਕਦੇ ਮੇਰੇ ਵੀਰੋ ਬਲਾਲੇ ਦੀ ਕਹਿੰਦੇ ਓਪਨ ਦੀ ਟੀਮ ਬਿਲਕੁਲ ਨਵੀਂ ਟੀਮ ਹੈ ਕਹਿੰਦੇ ਜੱਸੇ ਹੋਣੀ ਉਸੇ ਟੀਮ ਵਿੱਚ, ਗੁਰਸ਼ਰਨ ਹੋਣੀ ਕਹਿੰਦੇ ਬੜੀ ਤਕੜੀ ਖੇਡ ਵਿਖਾਉਂਦੇ ਹੈ। ਲਓ ਪਹਿਲੀ ਕਬੱਡੀ ਪਾਉਣ ਲਈ ਆਪਾਂ ਵੇਖੀਏ ਵੀ ਬਲਾਲੇ ਪਿੰਡ ਵਾਲਾ ਨੌਜਵਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਉੱਧਰ ਚਾਰ ਜਾਫੀ ਨੇ ਕਹਿੰਦੇ ਨੱਤਾਂ ਪਿੰਡ ਦੇ ਮੇਰੇ ਵੀਰੋ, ਇੱਕ ਪਾਸੇ ਆ ਜਾਫੀ ਦਾ ਕਹਿੰਦੇ ਦਵਾਲਾ ਪਿੰਡ ਹੈ, ਭਿੰਡੀ ਨਾਮ ਕਹਿੰਦੇ ਭਿੰਡੀ ਦਵਾਲੇ ਪਿੰਡ ਵਾਲਾ ਇਸ ਵੇਲੇ ਪਹਿਲੀ ਕਬੱਡੀ ਉੱਪਰ। ਲਓ ਤਾੜੀ ਮਾਰ ਦਿਓ ਦੱਸ ਕਿਸੇ ਗੱਭਰੂ ਦੇ ਲਈ, ਇਹ ਹੈ ਕਹਿੰਦੇ ਦਵਾਲੇ ਵਾਲਾ ਪਿੰਡੀ, ਜਿਸ ਨੌਜਵਾਨ ਨੇ ਕਿੰਨੇ ਤਕੜਾ ਜਫਾ ਲਾ ਕੇ ਪਹਿਲੀ ਕਬੱਡੀ ਦੇ ਇਸ ਵੇਲੇ ਡੇਢ ਨੰਬਰ ਜਿਹੜਾ ਆਪਣੀ ਟੀਮ ਦੇ ਇਸ ਜੋੜ ਦਿੱਤਾ। 2014 ਵਿੱਚ ਆ ਨੌਜਵਾਨ ਕਹਿੰਦੇ ਕੋਟ ਗੰਗੂ ਰਾਏ ਦੇ ਖੇਡ ਮੇਲੇ ਦਾ ਬੈਸਟ ਹਿਟ ਰਿਹਾ। ਇੱਧਰ ਗੁਰਜਿੰਦਰ ਬਲਾਲੇ ਵਾਲਾ ਕਹਿੰਦੇ ਜਿੰਨੇ ਜਫੇ ਲਾਓ ਸਾਡੀ ਜ਼ਿੰਦਗੀ ਦੇ ਯਾਰ, ਕਹਿੰਦੇ ਜੱਸੇ ਵੱਲੋਂ ਇੱਕ ਇੱਕ 100 ਦੇ ਮਾਣ ਦਿੱਤੇ ਜਾਣਗੇ। ਗੁਰਜਿੰਦਰ ਸਿੰਘ ਬਲਾਲੇ ਪਿੰਡ ਵਾਲਾ ਜਿੰਨੇ ਜਫੇ ਲਾਵੇਗਾ ਹਰ ਇੱਕ ਜਫੇ ਦੇ, ਕਹਿੰਦੇ ਜੱਸੇ ਵੱਲੋਂ ਇੱਕ ਇੱਕ 100। ਉੱਥੇ ਰਣਧੀਰ ਸਿੰਘ ਜੀ ਨੰਬਰਦਾਰ, ਹਰਵਿੰਦਰ ਸਿੰਘ ਜੀ ਬਿੰਦਰੀ ਸਾਹਿਬ, ਇਹਨਾਂ ਵੱਲੋਂ ਵੀ ਕਹਿੰਦੇ ਇੱਕ ਇੱਕ 100 ਰੁਪਇਆ ਬਲਾਲੇ ਵਾਲੇ ਜਿੰਨੇ ਜਫੇ ਲਾਉਣਗੇ। ਲੈ ਵੀ ਜੱਸਿਆ, ਇਸ ਤੋਂ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਇੱਕ ਲਿਸਟ ਜਿਹੜੀ ਮੇਰੇ ਕੋਲ ਪੁੱਜਦੀ ਕਰ ਦਿਓ।
क्योंकि जेकर आप इस टाइम से मैच बोलेंगे तो मैच अपना ग्राउंड जो खाली हो जाना इस तो अगला मैच कि टीमों का एक बार जरूर दस दियो। इधर सीते नौजवान ने कहने जफा लाया खेड मैदान सीता मेरे वीरों नत्त पिंड का ला तकड़ा जफा एक होर लखा जिहा नंबर अपनी टीम से जोड़ता होया अज मां नूं सन्मान किया जाऊ। कबड्डी कोच कहिंदे दर्शन सिंह जी मानकी जिन्होंने अपने समयां विच कहिंदे बॉक्सिंग बहुत तकड़ी खेडी है मेरे वीरों और बॉक्सिंग खेडदे खेडे कहिंदे कबड्डी दे खेत्र वालों आए ने। कबड्डी कोच दर्शन सिंह जी मानकी जांदा जिथे मान है उथे ही सहेड़ी वाले कहिंदे बलविंदर सिंह भीमे दे पुत लवली दे विशेष तौर पर मानकी ते जाणगे ते कबड्डी मेरे वीर लवली सहेड़ी वाले का विशेष तौर पर कहिंदे मान सम्मान किया जाऊ। मेरी फिर बेनती है जिहड़े वीर टाइयां पा रहे ने भाई जी लिस्ट पाउण दी कर दिओ जी लिस्ट क्योंकि नहीं अपना ग्राउंड खाली हो जाना फिर आपां कहिंदे आ वी एक मिनट विच टीम आ जावे जां दो मिनट विच आ जावे। एक मिनट वीर कर दें सत्तर बजे तो बाद किहड़ा मैच है जी सत्तर किलो अगला सेमीफाइनल सत्तर किलो मुत्यो ए वर्सेस पड़ौदी ठीक है जी थैंक यू मोत्यो ए वर्सेस जी पड़ौदी अगला मुकाबला इन्हां दोनों टीमों का खेडा जाओ मोत्यो ए वर्सेस जी पड़ौदी इस तो नैक्सट मैच दीआं दोनों टीमां ग्राउंड दे नेड़े आ जाण मोत्यो ए वर्सेस जी पड़ौदी दा इस तो जो अगला मुकाबला खेडा जाओ। उधर ज्ञानी जतेंद्र सिंह जी ज्ञानी पहल तो कहिंदे विशेष तौर पर पुजे ने इन्हां दे वड्डे योगदान ने जतेंद्र सिंह जी ज्ञानी पहल साहब इन्हां दा भी विशेष तौर पर बहुत बहुत धन्यवाद है। पर इधर मैदान दे विच आपां वेखी भी सिंह गभरू मेरे वीरो उधर बलाले की टीम ने कहिंदे इस वेले मेरे वीरो पिंड दे साडे वीरां ने दर्शकां ने कहिंदे ताड़ियां मार के स्वागत किया है खिडारी का। अगली कबड्डी नत्तां वाले फिर इसे गभरू की पैंदी हुई कि खाधे ने बदम जी ने मंगला उसे ने ही गोडियां लवाउणियां कि कहिंदे ने सियाने गल्लां सच्चियां खाधियां खुराकां कमाउणियां। इधर गुरजिंदर सिंह बलाले वाला कहिंदे जिन्ने जफे लाओ जस्से वल्लियों कहिंदे दो दो सौ रुपये दे मान दिते जाणगे। उथी रणधीर सिंह जी नंबरदार हरविंदर सिंह जी बिंदरी साहब इन्हां वल्लों भी कहिंदे वड्डे मान समान होणगे जिन्ने भी मेरे वीरों बलाले वाले खिडारी कहिंदे जफे लाउणगे। कबड्डी एक पिंड ओपन दीआं टाइयां जिहड़ियां पै चुकियां ने कबड्डी ओपन का पहला मैच खेडा जाएगा घरखणा वर्सेज जोधा। ये दोनों टीमों के प्लेयर जिहड़े जल्दी ग्राउंड के नेड़े आ जाएंगे घरखणा वर्सेज जोधा। कबड्डी एक पिंड ओपन का पहला मुकाबला खेडा जाऊ। दूजा मैच खेडा जाऊ कलोटी पिंड वर्सेज मानकी। तीजा मैच ककराला वर्सेज बलाला। ए चौथा मैच होना राउणी वर्सेज जोगी पीर कटाणी खुरद। पांचवा मैच बेगोवाल वर्स जरगड़ी सिद्धसर। छेवां मैच खेडा जाऊगा खैरा वर्स ज पमा खाकट और सातवां मैच होना खटरा वर्स ज बलाला बी। ये सारिया टीमों के प्लेयर अपने आप रेडी कर लेंगे। एक मेरी बेनती भी जेकर किसी टीम ने कोई मैच अगे पिछे करवाना वो प्लीज प्रबंधकों नाल जाके संपर्क कर लो मैनू कोई ना आखो भी मैच अगे पिछे कर दो क्योंकि ओपन वाले ने रवाज ये बना लिया भावें छे बजे तुसी मैच शुरू करा दो छे बजे भी आके कहणगे मैच पिछे कर दो। लै भी प्रगट वीर ये तुसी आप इधरों ध्यान दईआ भी किहड़ा मैच अगे करना जां पिछे नहीं करना बिल्लिया इधरों प्रबंधकों तो प्लीज़ तू आप जिहड़ा नोट कर ली। पर इधर वेखो भी बलाले वाला गभरू जोगा सरपंच साहब जी वालों कहिंदे वड्डे माण होणगे। उधर जस्से वल्लियों वड्डे माण समाने कहिंदे गुरजिंदर सिंह जी ने जफे लाओ। नाल ही रणधीर सिंह जी साढ़े नंबरदार साहब उठी हरविंदर सिंह जी बेंदरी इन्हों वालों कहते एक एक सौ दिता जाऊगा एक सौ रुपये से जफे तो खुश होके साढ़े बहुत ही सत्कार जो रणधीर सिंह जी नंबरदार हरविंदर सिंह जी बेंदरी साहब एक सौ रुपये की मान जोड़े पुजते करते हैं। ये माया जी आप ही तुम उस प्लेयर तक पुजती करते हो क्योंकि माया जी खिडारी तक पुजती करते हो। इधर नत्तां की धरती का नौजवान है मेरे वीरों नोना नोना नाम कहते सिगबरू का सानेवाल के लागे करके कहते बड़ा मशहूर पिंड है नत्ता पिंड जिथे पुराने खिडारियों की कहते गल है। मेरे वीरों मास्टर बलदेव सिंह सिमरू ने कहते बहुत तकड़ी कबड्डी खेडी उस नगर के कहते राजू वर्गे गामे वर्गे बड़ी मशहूर है ने कबड्डी।
ਹਰਪ੍ਰੀਤ ਸਿੰਘ ਜੀ ਮਾਸਟਰ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਹਰਪ੍ਰੀਤ ਸਿੰਘ ਜੀ ਮਾਸਟਰ ਸਾਹਿਬ ਜੀ ਆਉਂਦਾ ਸੋਹਣਵੀਰ ਦੇ ਡੈਡੀ ਜਾਂ ਵੱਲੋਂ ਬਲਾਲੇ ਵਾਲੇ ਸਿੱਖ ਸਰਦਾਰ ਗੱਭਰੂ ਲਈ 100 ਰੁਪਏ ਦੇ ਮਾਨ ਸਨਮਾਨ ਪੁੱਜੇ ਹੈ ਪਰ ਇੱਧਰ ਖੇਡ ਮੈਦਾਨ ਵਿੱਚ ਵੇਖੋ ਵੀ ਗੁਰਜਿੰਦਰ ਸਿੰਘ ਨਾਮ ਹੈ ਕਹਿੰਦੇ ਇਸੇ ਜਾਫੀ ਦਾ ਇਹ ਹੈ ਕਹਿੰਦੇ ਬਲਾਲੇ ਵਾਲਾ ਗੁਰਜਿੰਦਰ ਮੇਰੇ ਵੀਰੋ ਵਾਹ ਓਏ ਗੱਭਰੂਆ ਗੁਰਜਿੰਦਰ ਦੇ ਜੱਫੇ ਤੇ ਕਹਿੰਦਾ ਤਾੜੀ ਮਾਰ ਦੋ ਜ਼ੋਰਦਾਰ ਵਾਹ ਓਏ ਗੱਭਰੂਆ ਕਿਆ ਓਏ ਗੱਭਰੂਆ ਕਿ ਤਾੜੀਆਂ ਜਦ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆ ਹੁੰਦਾ ਕਿ ਦੁਨੀਆ ਪੂਰੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆ ਹੁੰਦਾ ਉਧਰ ਹੈਪੀ ਜੀ ਸਾਡੇ ਇੱਕ 100 ਰੁਪਇਆ ਹੈਪੀ ਜੀ ਪੁੱਜਦੇ ਕਰਦੇ ਇਸ ਜੱਫੇ ਲਈ ਨਾਲ ਹੀ ਸੋਹਣਵੀਰ ਦੇ ਫਾਦਰ ਸਾਹਿਬ ਉਹਨਾਂ ਵੱਲੋਂ ਵੀ 100 ਇੱਧਰ ਪ੍ਰਗਟ ਯਾਰਾਂ ਦਾ ਯਾਰ ਕਹਿੰਦਾ ਵੀ 500 ਰੁਪਏ ਇਸੇ ਜੱਫੇ ਤੇ ਹੈਪੀ ਵੀਰ ਵੱਲੋਂ ਵੀ 100 ਹੈ ਸਾਡੇ ਵੀਰ ਪ੍ਰਗਟ ਐਡਮਿੰਟਨ ਵਾਲੇ ਵੱਲੋਂ ਕਹਿੰਦੇ 500 ਰੁਪਏ ਦੇ ਵੱਡੇ ਯੋਗਦਾਨ ਨੇ ਮੇਰੇ ਵੀਰੋ 500 ਰੁਪਏ ਦੇ ਕਹਿੰਦੇ ਵੱਡੇ ਮੇਰੇ ਵੀਰੋ ਮਾਇਆ ਦੇ ਗੱਫੇ ਇਸੇ ਜੱਫੇ ਤੋਂ ਕਹਿੰਦੇ ਖੁਸ਼ ਹੋ ਕੇ ਪੁੱਜੇ ਹੈ ਮੇਰੀ ਬੇਨਤੀ ਮੋਤਿਓਂ ਵਰਸੀ ਪੜੌਦੀ ਦਾ ਮੈਚ ਖੇਡਿਆ ਜਾਊ ਟੀਮ ਅਜੇ ਤੱਕ ਗਰਾਊਂਡ ਵਿੱਚ ਨਹੀਂ ਪੁੱਜੀ ਆ ਲੈ ਵੀ ਵੀਰ ਕਿਹੜੀ ਟੀਮ ਜਿੱਤ ਗਈ ਇਸੇ ਮੈਚ ਦੇ ਵਿੱਚੋਂ ਆਪਾਂ ਨੋਟ ਕਰ ਲਈਏ ਨੱਤਾਂ ਦੀ ਟੀਮ ਜਿਹੜੀ ਜਿੱਤ ਚੁੱਕੀ ਹੈ ਜੀ ਨੋਟ ਕਰ ਲਈ ਆਪਾਂ ਨੱਤਾਂ ਦੀ ਟੀਮ ਇਸੇ ਮੈਚ ਦੀ ਜੇਤੂ ਟੀਮ ਹੈ ਜੀ ਨੋਟ ਕਰ ਲਿਓ ਖੰਨਾ ਸਾਹਿਬ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬੜਾ ਵਧੀਆ ਮੁਕਾਬਲਾ ਤੱਕੇ ਹੈ ਜਿੱਥੇ ਕਿ ਪ੍ਰਗਟ ਸਿੰਘ ਜੀ ਐਡਮਿੰਟਨ ਕੈਨੇਡਾ ਉਹਨਾਂ ਨੇ ਵੀ ਇਸ ਜੱਫੇ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਸਤਿਕਾਰ ਭੇਜਿਆ ਕਿ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ਸਮਾਜ ਦੇ ਪੱਟੀਆਂ ਬਹੁਤ ਹੀ ਮਾਣਮਤੀ ਸ਼ਖਸੀਅਤਾਂ ਜਿੱਤ ਕੇ ਕਿ ਤਾੜੀਆਂ ਦੇ ਨਾਲ ਤੁਹਾਨੂੰ ਦਿੰਦੇ ਸਤਿਕਾਰ ਨੇ ਮੁੱਖ ਸ਼ਖਸੀਅਤਾਂ ਵੀ ਸਾਡੇ ਵਿੱਚ ਕਾਰਨ ਨੇ ਸੁੱਖੀ ਕੱਕਰ ਵਾਲੇ ਅੱਜ ਮਾਣ ਵਾਲੀ ਗੱਲ ਹੈ ਯਾਦਗਾਰ ਬਣ ਜਾਣਾ ਇੱਕ ਪਲ ਪਲ ਹੈ ਸੋ ਸਾਡੇ ਨਿੱਕੇ ਜਿਹੇ ਸੱਦੇ ਨੂੰ ਕਬੂਲ ਕਰਦੇ ਹੋਏ ਬਹੁਤ ਹੀ ਸਤਿਕਾਰਯੋਗ ਸਰਦਾਰ ਕਮਲਜੀਤ ਸਿੰਘ ਜੀ ਮਾਧਪੁਰ ਸਾਹਿਬ ਸਾਡੇ ਭੋਲੂ ਭਾਜੀ ਸਮਰਾਲਾ ਸਾਹਿਬ ਬਸ਼ੇਰ ਤੋਂ ਉੱਤੇ ਪੁੱਜੇ ਨੇ ਦਾਸ ਦੇ ਬੋਲਾਂ ਲਈ ਵੀ 200 ਰੁਪਏ ਦੇ ਜਿਹੜੇ ਮਾਣ ਭੇਜਦੇ ਨੇ ਮੈਂ ਕਮਲਜੀਤ ਸਿੰਘ ਜੀ ਮਾਧਪੁਰ ਸਾਹਿਬ ਦਾ ਔਰ ਭੋਲੂ ਭਾਜੀ ਸਮਰਾਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਗਲੀ ਵਾਸ ਬੱਬੂ ਖੰਨਾ ਜੀ ਮੇਰੀ ਫਿਰ ਬੇਨਤੀ ਹੈ ਕਬੱਡੀ 70 ਕਿਲੋ ਦੇ ਦੂਜੇ ਸੈਮੀ ਫਾਈਨਲ ਦੀਆਂ ਦੋਨੋਂ ਟੀਮਾਂ ਨੂੰ ਮੁੱਤਿਓਂ ਵਰਸ ਜੇ ਪੜੌਦੀ ਦੋਨਾਂ ਵਿੱਚੋਂ ਕੋਈ ਵੀ ਟੀਮ ਹੈ ਤਕੜੀ ਗਰਾਊਂਡ ਦੇ ਲਾਗੇ ਨਹੀਂ ਪੁੱਜੀ ਮੁੱਤਿਓਂ ਵਰਸ ਜੇ ਪੜੌਦੀ ਜਲਦੀ ਦੇ ਨਾਲ ਹੀ ਇਹ ਦੋਨੋਂ ਟੀਮਾਂ ਜਲਦੀ ਗਰਾਊਂਡ ਵਿੱਚ ਆ ਜਾਣ ਮੁੱਤਿਓਂ ਵਰਸ ਜੇ ਪੜੌਦੀ ਦਾ ਮੈਚ ਖੇਡਿਆ ਜਾਊ ਦੋਨੋਂ ਟੀਮਾਂ ਦੇ ਪਲੇਅਰ ਮੈਂ ਵੇਖਦਾ ਵੀ ਇੱਧਰ ਗਰਾਊਂਡ ਵੱਲ ਨੂੰ ਆ ਰਹੇ ਨੇ ਕਬੱਡੀ ਓਪਨ ਦਾ ਪਹਿਲਾ ਮੈਚ ਹੈ ਘਰਖਣਾ ਵਰਸ ਜੇ ਯੋਧਾਂ ਇਹ ਦੋਨੋਂ ਟੀਮਾਂ ਦੇ ਪਲੇਅਰ ਗਰਾਊਂਡ ਦੇ ਨੇੜੇ ਆ ਜਾਣ ਘਰਖਣਾ ਵਰਸ ਜੇ ਯੋਧਾਂ ਦਾ ਪਹਿਲਾ ਮੈਚ ਖੇਡਿਆ ਜਾਊ ਕਬੱਡੀ ਓਪਨ ਦਾ ਦੂਜਾ ਮੈਚ ਘਲੋਟੀ ਪਿੰਡ ਵਰਸ ਜੇ ਮਾਣਕੀ ਦੂਜਾ ਮੈਚ ਖੇਡਿਆ ਜਾਊਗਾ ਘਲੋਟੀ ਪਿੰਡ ਵਰਸ ਜੇ ਮਾਣਕੀ ਖਿਡਾਰੀ ਇੱਕ ਵਾਰੀ ਫਿਰ ਤੋਂ ਨੋਟ ਕਰ ਲੈਣਗੇ ਤੀਜਾ ਮੈਚ ਕਕਰਾਲਾ ਵਰਸ ਜੇ ਬਲਾਲਾ ਏ ਚੌਥਾ ਮੈਚ ਰੌਣੀ ਵਰਸ ਜੇ ਜੋਗੀ ਪੀਰ ਕਟਾਣੀ ਖੁਰਦ ਪੰਜਵਾਂ ਮੈਚ ਬੇਗੋਵਾਲ ਵਰਸ ਜਰਗੜੀ ਸਿੱਧਸਰ ਛੇਵਾਂ ਮੈਚ ਖਹਿਰਾ ਵਰਸ ਜੇ ਪਮਾ ਖਾਗੜ ਸੱਤਵਾਂ ਮੈਚ ਖੇਡਿਆ ਜਾਊਗਾ ਖੱਟਰਾਂ ਵਰਸ ਜੇ ਬਲਾਲਾ ਬੀ ਇਹ ਸਾਰੀਆਂ ਟੀਮਾਂ ਦੇ ਪਲੇਅਰ ਜਿਹੜੇ ਆਪਣੇ ਆਪ ਨੂੰ ਰੈਡੀ ਕਰਕੇ ਗਰਾਊਂਡ ਦੇ ਨੇੜੇ ਆ ਜਾਣਗੇ ਪੜੌਦੀ ਦੀ ਟੀਮ ਮੇਰੀ ਫਿਰ ਬੇਨਤੀ ਹੈ ਪੜੌਦੀ ਦੀ ਟੀਮ ਨੂੰ ਪੜੌਦੀ ਦੀ ਟੀਮ ਦੇ ਪਲੇਅਰ ਜਲਦੀ ਗਰਾਊਂਡ ਵਿੱਚ ਆ ਜਾਣ ਪੜੌਦੀ ਦੇ ਪਲੇਅਰ ਬਈ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜਲਦੀ ਤੋਂ ਜਲਦੀ ਉੱਧਰ ਜਗਦੀਪ ਸਿੰਘ ਜੀ ਖੰਨਾ ਸਾਹਿਬ ਉਹ ਵੀ ਵਿਸ਼ੇਸ਼ ਤੌਰ 'ਤੇ ਤਸ਼ਰੀਫ ਲੈ ਕੇ ਪੁੱਜੇ ਨੇ ਅਸੀਂ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜਗਦੀਪ ਸਿੰਘ ਜੀ ਖੰਨਾ ਸਾਹਿਬ ਦਾ ਬਹੁਤ ਬਹੁਤ ਰਿਣੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਸਾਡੇ ਕਬੱਡੀ ਦੇ ਮਹਾਨ ਕੰਮ ਵਿੱਚ ਪਹੁੰਚ ਕੇ ਸਾਡੀ ਆਨ ਅਤੇ ਸ਼ਾਨ ਵਿੱਚ ਵਾਧਾ ਕੀਤਾ ਜਗਦੀਪ ਸਿੰਘ ਜੀ ਖੰਨਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਮੋਤਿਓਂ ਵਰਸ ਜੀ ਪੜੌਦੀ ਦੇ ਦਰਮਿਆਨ ਇਸ ਵੇਲੇ ਦੂਜਾ ਜਿਹੜਾ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਕਬੱਡੀ ਓਪਨ ਦੇ ਮੈਚਾਂ ਦੀਆਂ ਟੀਮਾਂ ਮੇਰੀ ਫਿਰ ਤੋਂ ਬੇਨਤੀ ਹੈ ਯੋਧਾਂ ਵਰਸ ਜੇ ਘਰਖਣਾ ਦਾ ਕਹਿੰਦੇ ਪਹਿਲਾ ਮੈਚ ਖੇਡਿਆ ਜਾਊਗਾ ਇਹ ਦੋਨੋਂ ਟੀਮਾਂ ਦੇ ਪਲੇਅਰ ਨੇ ਜਿਹੜੇ ਪਲੀਜ਼ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਲਾਗੇ ਆ ਜਾਣਗੇ ਯੋਧਾਂ ਵਰਸ ਜੇ ਘਰਖਣਾ ਦੂਜਾ ਮੈਚ ਘਲੋਟੀ ਪਿੰਡ ਵਰਸ ਜੇ ਮਾਣਕੀ ਘਲੋਟੀ ਪਿੰਡ ਦੀ ਟੀਮ ਨੋਟ ਕਰੇ ਦੂਜਾ ਮੈਚ ਹੈ ਘਲੋਟੀ ਪਿੰਡ ਦਾ ਮਾਣਕੀ ਦੀ ਟੀਮ ਨਾਲ ਖੇਡੇਗੀ ਟੀਮ ਘਲੋਟੀ ਦੀ
ਮੋਤਿਓ ਵਰਸੋ ਜੀ ਪੜੌਦੀ ਪੜੌਦੀ ਦੀ ਟੀਮ ਦੇ ਬਾਕੀ ਦੇ ਖਿਡਾਰੀਆਂ ਨੂੰ ਮੇਰੀ ਫਿਰ ਬੇਨਤੀ ਹੈ ਵੀ ਜਲਦੀ ਗਰਾਊਂਡ ਵਿੱਚ ਆ ਜਾਓ ਪੜੌਦੀ ਦੇ ਪਲੇਅਰ ਉਧਰ ਕੰਨਾ ਸਾਹਿਬ ਆਪਣੇ ਦਰਮਿਆਨ ਹਰਜੋਤ ਸਿਓੜਾ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜ ਗਏ ਨੇ ਅਸੀਂ ਪੂਰੀ ਪ੍ਰਬੰਧਕ ਕਮੇਟੀ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਸਰਦਾਰ ਰਚਿੰਦਰ ਸਿੰਘ ਜੀ ਜੋਗਾ ਸਰਪੰਚ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਏ ਹੋਏ ਸਾਰੇ ਮੁੱਖ ਬੁਲਾਰੇ ਮੇਰੇ ਵਿੱਚੋਂ ਜਿੱਥੇ ਕਿ ਓਮ ਕੜਿਆਣਾ ਜੀ ਨੇ ਬਹੁਤ ਵਧੀਆ ਬੋਲਾਂ ਦੇ ਨਾਲ ਸਾਂਝ ਪਾਈ ਇਸ ਟਾਈਮ ਮੇਰੇ ਵੀਰ ਹੁਣ ਮੈਕ ਦੇ ਉੱਤੇ ਬਹੁਤ ਹੀ ਵਧੀਆ ਸਾਡੇ ਬੱਬੂ ਖੰਨਾ ਸਾਹਿਬ ਉੱਧਰ ਹਰਜੋਤ ਸਿਓੜਾ ਜੀ ਪੁੱਜੇ ਨੇ ਸਾਰੇ ਆਏ ਹੋਏ ਮੁੱਖ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਦਿਨ ਵਿੱਚ ਪੂਰੀ ਧੁੱਪ ਹੁੰਦੀ ਹੈ ਰਾਤ ਨੂੰ ਦੀਂਦੇ ਤਾਰੇ ਇਹਨੇ ਬੋਲਾਂ ਦੇ ਵਣਜਾਰੇ ਇਹਨੇ ਬੋਲਾਂ ਦੇ ਵਣਜਾਰੇ ਸਰਦਾਰ ਹਰਜੋਤ ਸਿੰਘ ਜੀ ਸਿਓੜਾ ਸਾਹਿਬ ਬੱਬੂ ਖੰਨਾ ਜੀ ਓਮ ਕੜਿਆਣਾ ਜੀ ਸਾਰੇ ਸਤਿਕਾਰਯੋਗ ਵੀਰਾਂ ਦਾ ਇਸ ਮੰਚ ਵੱਲੋਂ ਭਰਮਾਂ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਪਲੀਜ਼ ਕੈਰੀ ਓਨ ਬੱਬੂ ਖੰਨਾ ਸਾਹਿਬ ਬਹੁਤ ਬਹੁਤ ਧੰਨਵਾਦ ਹਰਜੋਤ ਸਿਓੜਾ ਜੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਹਰਜੋਤ ਸਿਓੜਾ ਜੀ ਆਉਂਦੀ ਸੀਨੀਅਰ ਬੁਲਾਰੇ ਨੇ ਕਹਿੰਦੇ ਖੇਡ ਕਬੱਡੀ ਦੀ ਦੂਜੇ ਵਰਲਡ ਕੱਪ ਵਿੱਚ ਜਿਨ੍ਹਾਂ ਨੇ ਮੇਰੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਦੂਜੇ ਵਿਸ਼ਵ ਕਬੱਡੀ ਕੱਪ 'ਚ ਕਹਿੰਦੇ ਕਮੈਂਟਰੀ ਕੀਤੀ ਹਰਜੋਤ ਸਿਓੜਾ ਜੀ ਨੇ ਉਹ ਵਿਸ਼ੇਸ਼ ਤੌਰ 'ਤੇ ਸਾਡੇ ਦਰਮਿਆਨ ਜਿਹੜੇ ਪੁੱਜ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਲੈ ਵੀ ਪੰਮਿਆ ਪਹਿਲੀ ਕੌੜੀ ਕਿਹੜੀ ਟੀਮ ਦੀ ਹੈ ਪਹਿਲੀ ਕਬੱਡੀ ਮੋਤੇ ਆਉਂਦੀ ਇੱਕ ਮੈਚ ਦੀ ਸਮਾਪਤੀ ਹੁੰਦੀ ਹੈ ਪੰਜ ਮਿੰਟ ਬਾਅਦ ਟੀਮਾਂ ਗਰਾਊਂਡ ਵਿੱਚ ਪੁੱਜਦੀਆਂ ਨੇ ਪੰਜ ਮਿੰਟ ਤੋਂ ਬਾਅਦ ਫਿਰ ਪੰਜ ਮਿੰਟ ਆ ਜਿਹੜਾ ਲੱਤਾਂ 'ਤੇ ਹਾਰ ਸ਼ਿੰਗਾਰ ਕਰਦੇ ਇਹਨਾਂ ਸਮਾਂ ਵੇਸਟ ਹੋ ਜਾਂਦਾ ਇੱਕ ਮੈਚ ਤੋਂ ਬਾਅਦ 10 ਮਿੰਟ ਲੱਗਦੇ ਇੱਕ ਮੈਚ ਸ਼ੁਰੂ ਹੋਣ ਨੂੰ ਮੋਤਿਓ ਪਿੰਡ ਵੀ ਗਵਾਂਢੀ ਹੈ ਪੜੌਦੀ ਪਿੰਡ ਵੀ ਗਵਾਂਢੀ ਹੈ ਇੰਨੀਆਂ ਕੁ ਬਾਜ਼ਾਂ ਮਾਰਦੀਆਂ ਜੇ ਤੁਰ ਕੇ ਆਉਣਾ ਹੁੰਦਾ ਨਾ ਪਿੰਡੋਂ ਤੁਰ ਕੇ ਆ ਜਾਂਦੇ ਹੁਣ ਨੂੰ ਇਹ ਘਰਖਣਾ ਵਰਸ ਜੇ ਯੋਧਾ ਕਬੱਡੀ ਓਪਨ ਦਾ ਪਹਿਲਾ ਮੈਚ ਟੀਮਾਂ ਜਲਦੀ ਗਰਾਊਂਡ ਵਿੱਚ ਆ ਜਾਣ ਘਰਖਣਾ ਵਰਸ ਯੋਧਾ ਉੱਥੇ ਐਨ ਆਰ ਆਈ ਵੀਰਾਂ ਵਿੱਚੋਂ ਨਰਿੰਦਰਪਾਲ ਸਿੰਘ ਜੀ ਨਿੰਦਰ ਜੋ ਕਿ ਕੈਨੇਡਾ ਵਿੱਚ ਵੱਸਦੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਰਦਾਰ ਦਵਿੰਦਰ ਸਿੰਘ ਜੀ ਮੋਨੂ ਕੈਨੇਡਾ ਉੱਥੇ ਸੁਖਵਿੰਦਰ ਸਿੰਘ ਜੀ ਮਿੱਠੂ ਕੈਨੇਡਾ ਜਤਿੰਦਰ ਸਿੰਘ ਜੀ ਜੋਗਾ ਸਰਪੰਚ ਸਾਹਿਬ ਕਹਿੰਦੇ ਇੱਕ ਬਹੁਤ ਹੀ ਮਾਣਯੋਗ ਸਤਿਕਾਰਯੋਗ ਸ਼ਖਸੀਅਤ ਨੇ ਜਿਨ੍ਹਾਂ ਦਾ ਨਾਂ ਚੱਲਦਾ ਕਹਿੰਦੇ ਇਸੇ ਇਲਾਕੇ ਦੇ ਵਿੱਚ ਜਤਿੰਦਰ ਸਿੰਘ ਜੀ ਜੋਗਾ ਸਰਪੰਚ ਸਾਹਿਬ ਵਿਸ਼ੇਸ਼ ਤੌਰ 'ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਉਹਨਾਂ ਦੇ ਵੀਰ ਨੇ ਸੁਖਵਿੰਦਰ ਸਿੰਘ ਜੀ ਮਿੱਠੂ ਜੋ ਕਿ ਕੈਨੇਡਾ ਵਿੱਚ ਜਾ ਵਸੇ ਹੈ ਪ੍ਰਗਟ ਸਿੰਘ ਕੈਨੇਡਾ ਕਹਿੰਦੇ ਐਡਮਿੰਟਨ ਦੇ ਵਿੱਚ ਰਹਿੰਦਾ ਪ੍ਰਗਟ ਬਲਾਲੇ ਵਾਲਾ ਖਹਿਰਿਆਂ ਵਾਲੇ ਪੱਪੀ ਨਾਲ ਕਹਿੰਦੇ ਬਹੁਤ ਬੜਾ ਪਿਆਰ ਹੈ ਕਿਉਂਕਿ ਪੱਪੀ ਵੀ ਕਹਿੰਦੇ ਐਡਮਿੰਟਨ ਦੇ ਵਿੱਚ ਜਾ ਵਸਿਆ ਪੱਪੀ ਦੇ ਮੇਰੇ ਵੀਰੋ ਬਿਲਕੁਲ ਘਰ ਦੇ ਨਾਲ ਕਹਿੰਦੇ ਘਰ ਹੈ ਪ੍ਰਗਟ ਦਾ ਵੱਡੀ ਯਾਰੀ ਹੈ ਕਹਿੰਦੇ ਦੋਨੋਂ ਵੀਰਾਂ ਦੀ ਜਿੱਥੇ ਪ੍ਰਗਟ ਸਿੰਘ ਨੇ ਮਾਧਪੁਰ ਦੇ ਲਈ ਮਾਧਪੁਰ ਦੇ ਸਕੂਲ ਵਿੱਚ ਪੜ੍ਹਦਾ ਕਹਿੰਦੇ ਨੈਸ਼ਨਲ ਸਟਾਈਲ ਕਬੱਡੀ ਬਹੁਤ ਤਕੜੀ ਖੇਡੀ ਹੈ ਉੱਥੇ ਹੀ ਮੇਰੇ ਵੀਰੋ ਯਾਦਾਂ ਨੇ ਕਹਿੰਦੇ ਨੈਸ਼ਨਲ ਕਾਲਜ ਦੁਰਾਹੇ ਦੀਆਂ ਪਰ ਪਹਿਲਾਂ ਇਸੇ ਕਬੱਡੀ ਦੀ ਆਪਾਂ ਗੱਲ ਕਰੀਏ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਇਹ ਲਾਕੇ ਪੂਰਾ ਤਾਣ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਸਟੇਜ ਵੱਲੋਂ ਵੇਖਦੇ ਹਾਂ ਤਾਂ ਸੱਜੇ ਪਾਸੇ ਇਹ ਜਿਹੜੀ ਟੀਮ ਪੁੱਜੀ ਹੈ ਪੜੌਦੀ ਪਿੰਡ ਦੀ ਔਰ ਮੇਰੇ ਤੋਂ ਖੱਬੇ ਹੱਥ ਜਿਹੜੀ ਟੀਮ ਪੁੱਜੀ ਇਹ ਟੀਮ ਕਹਿੰਦੇ ਮੋਤਿਓ ਪਿੰਡ ਦੀ ਹੈ 25 ਤਰੀਕ ਸੀ ਕਹਿੰਦੇ ਮੋਤਿਓ ਦੇ ਕੱਪ ਦੀ ਜਿੱਥੇ ਓਮ ਕੜਿਆਣੇ ਵਾਲੇ ਦੇ ਕਹਿੰਦੇ ਬੋਲਾਂ ਤੋਂ ਖੁਸ਼ ਹੋ ਕੇ ਸਾਡੇ ਵੀਰਾਂ ਨੇ ਮੇਰੇ ਵੀਰੋ 200 ਕਹਿੰਦੇ ਅਮਰੀਕੀ ਡਾਲਰ ਦੇ ਨਾਲ 200 ਅਮੈਰੀਕਨ ਡਾਲਰ ਨਾਲ ਕਹਿੰਦੇ ਮਾਣ ਕੀਤਾ ਓਮ ਕੜਿਆਣੇ ਵਾਲੇ ਦਾ ਕਬੱਡੀ ਦਾ ਪ੍ਰਸਿੱਧ ਬੁਲਾਰਾ ਸਾਡਾ ਵੀਰ ਜਿੱਥੇ ਖਿਡਾਰੀਆਂ ਉੱਤੇ ਕਹਿੰਦੇ ਡਾਲਰ ਵੰਡੇ ਗਏ ਮੇਰੇ ਵੀਰੋ ਵੱਡੇ ਮਾਣ ਵਾਲੀ ਗੱਲ ਹੈ ਗਵਾਂਢੀ ਪਿੰਡ ਹੈ ਕਹਿੰਦੇ ਮੋਤਿਓ ਪਿੰਡ ਲਓ ਪਹਿਲੀ ਕਬੱਡੀ ਪਾਉਣ ਦੀ ਨੌਜਵਾਨ ਇਸ ਵੇਲੇ ਪੂਰਾ ਤਿਆਰ ਹੈ ਉੱਥੇ ਸੋਨੀ ਵਧੇਸ਼ਾ ਜੀ ਕੈਨੇਡਾ ਵਿੱਚ ਵੱਸਦੇ ਨੇ ਉਹਨਾਂ ਦਾ ਧੰਨਵਾਦ ਹੈ ਗੁਰਵਿੰਦਰ ਗੁਰੀ ਕੈਨੇਡਾ ਜੀ ਅਮਨਪ੍ਰੀਤ ਸਿੰਘ ਜੀ ਸੋਹੀ ਸਾਹਿਬ ਕੈਨੇਡਾ ਪ੍ਰਿਤਪਾਲ ਵਧੇਸ਼ਾ ਜੀ ਕੈਨੇਡਾ ਕਰਮਜੀਤ ਸਿੰਘ ਜੀ ਕੈਨੇਡਾ ਸਤਨਾਮ ਸਿੰਘ ਜੀ ਸੋਹੀ ਕੈਨੇਡਾ ਸੁਰਿੰਦਰ ਸ਼ਿੰਦਾ ਕੈਨੇਡਾ ਜੀ ਇਹਨਾਂ ਦਾ ਜਿੱਥੇ ਬਹੁਤ ਬਹੁਤ ਧੰਨਵਾਦ ਹੈ ਪਰ ਇੱਧਰ ਮੈਦਾਨ ਵਿੱਚ ਆਪਾਂ ਵੇਖੀ ਵੀ ਨੌਜਵਾਨ ਜਾਫੀ ਮੇਰੇ ਵੀਰੋ ਇਸ ਵੇਲੇ ਲਾ ਪਾਊ ਜੱਫਾ ਜਾਪੇ ਨਹੀਂ ਮਿੱਤਰੋ ਇੱਕ ਪਾਸੇ ਕਹਿੰਦੇ ਪੜੌਦੀ ਪਿੰਡ ਗਵਾਂਢੀ ਪਿੰਡ ਹੈ ਲਓ ਨੰਬਰ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਵਤਾਰ ਸਿੰਘ ਤੋਲੇ ਵਾਲੀਏ ਦਾ ਕਹਿੰਦੇ ਫੈਸਲਾ ਵੀ ਇਸ ਵੇਲੇ ਪਹਿਲਾ ਪੁਆਇੰਟ ਜਿਹੜਾ ਨੌਜਵਾਨ ਰੇਡਰ ਮੋਤਿਓ ਵਾਲਾ ਆਪਣੀ ਟੀਮ ਦੇ ਹਿੱਸੇ ਜੁੜ ਚੁੱਕੇ ਆ ਪਵਿੱਤਰ ਸਿੰਘ ਨਾਮ ਹੈ ਕਹਿੰਦੇ ਇਸੇ ਨੌਜਵਾਨ ਦਾ ਮੇਰੇ ਵੀਰੋ ਆਜ਼ਾਦ ਕਬੱਡੀ ਕਲੱਬ ਵੱਲੋਂ ਖੇਡਿਆ ਨੌਜਵਾਨ ਕਹਿੰਦੇ ਕੈਨੇਡਾ ਵਿੱਚ ਆਜ਼ਾਦ ਕਬੱਡੀ ਕਲੱਬ ਵੱਲੋਂ ਕਹਿੰਦੇ ਮਠੱਡਿਆਂ ਵਾਲੇ ਦਾਰੇ ਦੀ ਟੀਮ ਵੱਲੋਂ ਖੇਡਿਆ ਉੱਧਰ ਐਡਮਿੰਟਨ ਦੇ ਵਿੱਚ ਬੈਠੇ ਅੱਜ ਕਹਿੰਦੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਵਾਲੇ ਮੇਰੇ ਵੀਰੋ ਸੈਂਡੀ ਮਾਨ ਹੁਣੀ ਕਹਿੰਦੇ ਮੋਹਣਾ ਲੀਲਾਂ ਵਾਲਾ
ਮੇਰੇ ਵੀਰੋ ਜੀਵਨ ਟਮਾਣਾ ਭਾਗੀ ਕਿਆਂ ਦਾ ਉੱਥੇ ਕਹਿੰਦੇ ਸੁੱਖਾ ਤਖਤੂਪੁਰੀ ਆ ਉਹ ਵੀ ਸਾਡੇ ਵੀਰ www.kabaddi365.com ਦੇ ਜਿਹੜੀ ਲਾਈਵ ਜਿਹੜੇ ਹੋਏ ਨੇ ਕਹਿੰਦੇ ਮੇਰੇ ਵੀਰੋ ਐਡਮਿੰਟਨ ਦੇ ਵਿੱਚ ਬੈਠੇ ਸਾਡੇ ਵੀਰ ਔਰ ਜਿੰਨੇ ਵੀ ਇਸੇ ਨਗਰ ਦੇ ਵੀਰ ਦੇਸ਼ਾਂ ਵਿਦੇਸ਼ਾਂ ਵਿੱਚੋਂ ਕਹਿੰਦੇ ਲਾਈਵ ਜੁੜੇ ਨੇ ਇਸੇ ਸਾਈਟ ਦੇ ਨਾਲ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਪਰ ਇੱਧਰ ਵੇਖੀ ਵੀ ਧਾਵੀ ਦੀ ਪਾਈ ਹੋਈ ਕਬੱਡੀ ਮੇਰੇ ਵੀਰੋ ਲਾਲੀ ਨਾਮ ਇਸੇ ਨੌਜਵਾਨ ਦਾ ਇਸੇ ਗੱਭਰੂ ਦਾ ਵੀ ਕਹਿੰਦੇ ਨਾਂ ਚੱਲਦਾ ਖੇਡ ਗਰਾਊਂਡਾਂ ਵਿੱਚ ਕਦੇ ਜਿੱਦਾਂ ਪਹਿਲਾਂ ਓਮ ਨੇ ਗੱਲ ਕੀਤੀ ਹੈ ਵੀ 31,000 ਦਾ ਜਫਾ ਲਾਇਆ ਕਹਿੰਦੇ ਜੰਡਿਆਲੀ ਦੇ ਕੱਪ ਤੇ ਪਰ ਆਹ ਮੁੰਡਾ ਇਸੇ ਸੀਜ਼ਨ ਵਿੱਚ ਕਹਿੰਦੇ 6 LCDs ਦਾ ਜੇਤੂ ਹੈ ਮੇਰੇ ਵੀਰੋ ਇਹ ਕਹਿੰਦੇ 6 LCDs ਦਾ ਜੇਤੂ ਹੈ ਬੱਦੋਵਾਲ ਪਿੰਡ ਕਹਿੰਦੇ ਗਰੇਵਾਲਾਂ ਦਾ ਬੜਾ ਵੱਡਾ ਪਿੰਡ ਹੈ ਇਹ ਹੈ ਕਹਿੰਦੇ ਸ਼ੇਰੂ ਬੱਦੋਵਾਲ ਪਿੰਡ ਦਾ ਜੋ ਨੌਜਵਾਨ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਵੱਡਾ ਧੰਨਵਾਦ ਜੋਧਾਂ ਦੀ ਟੀਮ ਦਾ ਇੱਧਰ ਦੁੱਲਾ ਢੈਪੀ ਵਾਲਾ ਕਹਿੰਦੇ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਨਾਲ ਕਹਿੰਦੇ ਬਿੰਦੂ ਰੂਮੀ ਪਿੰਡ ਵਾਲਾ ਪੁੱਜੇ ਆ ਦਸ਼ਮੇਸ਼ ਕਬੱਡੀ ਕਲੱਬ ਕਾਲਖ ਦੀ ਟੀਮ ਦਾ ਕਹਿੰਦੇ ਸਟਾਰ ਹੈ ਉੱਥੇ ਕਹਿੰਦੀ ਜੋਧਾਂ ਵਾਲਾ ਕਹਿੰਦੇ ਅਨੇਕਾਂ ਕਬੱਡੀ ਕੱਪਾਂ ਦਾ ਬੈਸਟ ਜਾਫੀ ਖੇਡ ਕਬੱਡੀ ਦੇ ਸਟਾਰ ਮੈਂ ਵੇਖਦਾ ਵੀ ਗਰਾਊਂਡ ਦੇ ਲਾਗੇ ਜਿਹੜੇ ਪੁੱਤੇ ਜਾ ਰਹੇ ਨੇ ਜੋਧਾਂ ਦੀ ਟੀਮ ਆ ਵੇਖਣਾ ਵੀ ਗਰਾਊਂਡ ਦੇ ਬਾਹਰਲੀ ਸਾਈਡ ਜਿਹੜੀ ਪੁੱਜ ਚੁੱਕੀ ਹੈ ਇੱਧਰ ਮੰਦਰ ਜੋਧਾਂ ਵਾਲਾ 2011 ਦਾ ਖੇਡ ਸੀ ਜਿਹਨੇ ਵੀ ਨੌਜਵਾਨ ਕਹਿੰਦੇ ਕੈਨੇਡਾ ਦੇ ਖੇਡ ਗਰਾਊਂਡਾਂ ਵਿੱਚ ਖੇਡਿਆ ਨੌਜਵਾਨ ਗੋਗੀ ਵਰਗੇ ਕਬੱਡੀ ਦੇ ਸਟਾਰ ਮੈਂ ਵੇਖਦਾ ਵੀ ਮੈਦਾਨ ਦੇ ਲਾਗੇ ਜਿਹੜੇ ਪੁੱਜ ਚੁੱਕੇ ਨੇ ਜੋਧਾਂ ਵਰਸੇ ਘਰਖਣਾ ਦਾ ਕਹਿੰਦੇ ਪਹਿਲਾ ਮੈਚ ਖੇਡਿਆ ਜਾਊਗਾ ਘਰਖਣਾ ਦੀ ਟੀਮ ਦੇ ਪਲੇਅਰ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਗਰਾਊਂਡ ਦੇ ਲਾਗੇ ਪੁੱਜਣਗੇ ਇੱਧਰ ਪੜੌਦੀ ਵਾਲੇ ਪਵਿੱਤਰ ਦੀ ਕਬੱਡੀ ਨੌਜਵਾਨ ਕਾਲੇ ਨਾਲ ਕਹਿੰਦੇ ਮੁਕਾਬਲਾ ਮੇਰੇ ਵੀਰੋ ਕਾਲਾ ਇਸ ਵੇਲੇ ਲਾਉਂਦਾ ਹੋਇਆ ਤਕੜਾ ਜਫਾ ਤਾੜੀ ਮਾਰ ਦਿਓ ਗੱਭਰੂ ਦੇ ਲਈ ਇਸ ਵੇਲੇ ਕਾਲੇ ਨੇ ਕਹਿੰਦੇ ਜਫਾ ਲਾ ਕੇ ਲੱਖਾ ਜਿਹਾ ਨੰਬਰ ਆਪਣੀ ਟੀਮ ਦੇ ਜੋੜ ਦਿੱਤਾ ਉੱਧਰ ਵੱਡਾ ਧੰਨਵਾਦ ਸੁਰਿੰਦਰ ਸਿੰਘ ਜੀ ਸ਼ਿੰਦਾ ਕੈਨੇਡਾ ਨਾਲ ਹੀ ਮਨਪ੍ਰੀਤ ਭੀਮ ਜੀ ਕਹਿੰਦੇ ਆਸਟ੍ਰੇਲੀਆ ਵਿੱਚ ਵੱਸਦੇ ਨੇ ਸਰਦਾਰ ਸੁਖਦੀਪ ਸਿੰਘ ਜੀ ਵਿਦੇਸ਼ਾ ਆਸਟ੍ਰੇਲੀਆ ਔਰ ਮਾਨ ਬਸੋਈ ਜੀ ਨਿਊਜ਼ੀਲੈਂਡ ਵਿੱਚ ਕਹਿੰਦੇ ਜਾ ਵਸੇ ਹੈ ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਦੀ ਕਹਿੰਦੇ ਗੱਲ ਹੈ ਮਾਨ ਬਸੋਹੀਆਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਬਲਜਿੰਦਰ ਸਿੰਘ ਜੀ ਵਿਦੇਸ਼ਾ ਦੁਬਈ ਦੇ ਵਿੱਚ ਵੱਸਦੇ ਨੇ ਉੱਥੇ ਗੁਰਪ੍ਰੀਤ ਸਿੰਘ ਜੀ ਵਿਦੇਸ਼ਾ ਦੁਬਈ ਬਹਾਦਰ ਸਿੰਘ ਜੀ ਦੁਬਈ ਹਰਪ੍ਰੀਤ ਹੈਪੀ ਦੁਬਈ ਜੀ ਪਾਲਾ ਵਿਦੇਸ਼ਾ ਦੁਬਈ ਜੀ ਜਿਨ੍ਹਾਂ ਵੱਲੋਂ ਇਸੇ ਸਾਲ ਕਹਿੰਦੇ 51,000 ਦੇ ਯੋਗਦਾਨ ਨੇ ਅਗਲੇ ਸਾਲ ਕਹਿੰਦੇ ਦੂਜਾ ਪ੍ਰਾਈਜ਼ ਇਹਨਾਂ ਵੱਲੋਂ ਦਿੱਤਾ ਜਾਊਗਾ ਦੁਬਈ ਵਾਲੇ ਸਾਡੇ ਵੀਰਾਂ ਵੱਲੋਂ ਅਗਲੇ ਸਾਲ ਦੇ ਇਸੇ ਕਬੱਡੀ ਕੱਪ ਦਾ ਦੂਜਾ ਜਿਹੜਾ ਪ੍ਰਾਈਜ਼ ਕਹਿੰਦੇ ਸਪੌਂਸਰ ਕੀਤਾ ਜਾਊਗਾ ਇਹਨਾਂ ਸਾਰੇ ਵੀਰਾਂ ਦਾ ਜਿੱਥੇ ਵਿਸ਼ੇਸ਼ ਤੌਰ 'ਤੇ ਮੈਂ ਧੰਨਵਾਦ ਕਰਦਾ ਉੱਥੇ ਮਨਦੀਪ ਦੀਪਾ ਦੁਬਈ ਜੀ ਜਤਿੰਦਰ ਦੁਬਈ ਨਾਲ ਹੀ ਸਤਨਾਮ ਦੁਬਈ ਜੀ ਬਲਜਿੰਦਰ ਦੁਬਈ ਅਤੇ ਗੁਰਿੰਦਰ ਸਿੰਘ ਜੀ ਸਾਡੇ ਦੁਬਈ ਵਾਲੇ ਸਾਰਿਆਂ ਦਾ ਵਿਸ਼ੇਸ਼ ਤੌਰ 'ਤੇ ਬਹੁਤ ਬਹੁਤ ਧੰਨਵਾਦ ਹੈ ਘਰਖਣਾ ਦੀ ਟੀਮ ਮੇਰੀ ਫਿਰ ਬੇਨਤੀ ਕਬੱਡੀ ਓਪਨ ਦੇ ਪਹਿਲੇ ਮੈਚ ਲਈ ਜੋਧਾਂ ਦੀ ਟੀਮ ਮੈਂ ਵੇਖਦਾ ਵੀ ਸਟਾਰਾਂ ਦੇ ਨਾਲ ਕਹਿੰਦੇ ਲੈਸ ਟੀਮ ਜਿਹੜੀ ਮੈਦਾਨ ਦੇ ਵਿੱਚ ਪੁੱਜ ਚੁੱਕੀ ਹੈ ਪਰ ਘਰਖਣਾ ਪਿੰਡ ਦੀ ਟੀਮ ਹੈ ਤਾਂ ਗਰਾਊਂਡ ਦੇ ਲਾਗੇ ਨਹੀਂ ਪੁੱਜੀ ਘਰਖਣਾ ਦੀ ਟੀਮ ਜਿਹੜੀ ਜਲਦੀ ਮੈਦਾਨ ਦੇ ਲਾਗੇ